ਕਰੋੜਾਂ ਰੁਪਏ ਗਜਿੰਦਰ ਸਿੰਘ ਦੇ ਹੱਥਾਂ 'ਚੋਂ ਨਿਕਲੇ 43 ਸਾਲਾਂ 'ਚ, ਪਰ ਦੋ ਮਰਲੇ ਜ਼ਮੀਨ ਗਜਿੰਦਰ ਸਿੰਘ ਨਾਂ ਦੇ ਨਹੀਂ ਮਿਲਦੀ ਦੁਨੀਆ ਭਰ ਦੇ ਵਿੱਚ। ਇਹ ਆ ਸ਼ਹੀਦਾਂ ਦੀ ਗੱਲ, ਭਾਈ ਵਜੀਰ ਸਿੰਘ ਵੀ ਉਹ ਗੱਲ ਭੈਣ ਜੀ ਆ ਕੇ ਕਿਹਾ, ਅਤੇ ਇਹ ਗੱਲ ਗਜਿੰਦਰ ਸਿੰਘ ਦੋ ਮਰਲੇ ਜ਼ਮੀਨ ਉਹਨਾਂ ਦੇ ਨਾਂ 'ਤੇ ਹੋਏਗੀ, ਕਰੋੜਾਂ ਰੁਪਏ 43 ਸਾਲਾਂ 'ਚ ਉਹਨਾਂ ਦੇ ਹੱਥਾਂ ਨਿਕਲੇ ਹੋਣਗੇ ਸੰਘਰਸ਼ ਲਈ, ਪਰ ਦੋ ਮਰਲੇ ਜ਼ਮੀਨ ਨਹੀਂ। ਇਹੀ ਭਾਈ ਅਮਰੀਕ ਸਿੰਘ ਦੀ ਗੱਲ, ਇਹ ਉਹਨਾਂ ਨੇ ਸਾਨੂੰ ਇੱਥੇ ਸਿਰ ਉੱਚੇ ਕਰਕੇ ਤੁਰਨ ਜੋਗਾ ਖੜਾ ਕੀਤਾ। ਮੈਂ ਬੇਨਤੀ ਕਰਾਂ ਗੁਰਜੰਟ ਸਿੰਘ ਜੀ ਕਵੀਸ਼ਰ, ਬੇਨਤੀ ਹੋਈ ਹੈ ਪ੍ਰਬੰਧਕ ਨੂੰ ਇੱਕ ਕਵਿਤਾ ਬਸ, ਆਪਾਂ ਉਦੋਂ ਬਾਅਦ 'ਚ ਬਾਬਾ ਜੀ ਸੰਬੋਧਨ ਹੋਣਗੇ, ਬਾਬਾ ਅਵਤਾਰ ਸਿੰਘ ਜੀ, ਬਾਬਾ ਬਿਧੀ ਚੰਦ ਸੰਪਰਦਾਏ, ਗੁਰੂ ਹਰਗੋਬਿੰਦ ਸਾਹਿਬ ਤੋਂ ਵਰਸਾਈ ਹੋਈ ਹੈ ਬਹੁਤ ਵੱਡੀ ਸੰਪਰਦਾਏ, ਇਕੱਲੇ ਬਾਬਾ ਬਿਧੀ ਚੰਦ ਹੀ ਨਹੀਂ, ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਬਾਬਾ ਲਾਲ ਚੰਦ ਜੀ ਭੰਗਾਣੀ ਦਾ ਯੁੱਧ ਲੜੇ ਸਨ, ਦੋਨਾਂ ਦੇ ਪੁੱਤਰ ਗੁਰਦਿਆਲ ਚੰਦ ਜੀ ਗੁਰੂ ਗੋਬਿੰਦ ਸਿੰਘ ਦੇ ਕੋਲੋਂ ਅੰਮ੍ਰਿਤ ਛਕੇ ਗੁਰਦਿਆਲ ਸਿੰਘ ਬਣੇ ਸਨ, ਉਹ ਸੀਨਾ ਪਸੀਨਾ ਚੱਲਦੀ ਆ ਰਹੀ ਸਨ ਸਭ, ਜਿਹਨੂੰ ਦੁਬਾਰਾ ਬਾਬਾ ਸੋਹਣ ਸਿੰਘ ਨੇ ਖੜਾ ਕੀਤਾ, ਬਾਬਾ ਦਇਆ ਸਿੰਘ ਨੇ ਖੜਾ ਕੀਤਾ ਔਰ ਨਵੀਆਂ ਬੁਲੰਦੀਆਂ ਬਖਸ਼ੀਆਂ, ਉਹ ਸੰਪਰਦਾ ਦੇ ਮੁਖੀ ਬੈਠੇ ਨੇ। ਸੋ ਆਪਾਂ ਉਹਨਾਂ ਨੂੰ ਸੁਣਨਾ ਹੈ, ਪਰ ਉਦੋਂ ਪਹਿਲਾਂ ਸਿਰਫ ਇੱਕ ਕਵਿਤਾ ਭਾਈ ਗੁਰਜੰਟ ਸਿੰਘ ਜੀ ਕਵੀਸ਼ਰ। ਸਦਾ ਨਾ ਦੇਵਾ ਬੋਲਣਾ ਰਹੂ ਨਾ ਨੈਣੀ ਜੋਤ, ਕੰਬੂਗਾ ਸਿਰ ਬੈਂਕੀਆ ਹੋ ਜੂ ਘੱਟ ਸਰੋਤ, ਅਣਖੀ ਬਲੀ ਬਹਾਦਰ ਸੂਰੇ ਜਣੇ ਪੰਜਾਬੀ ਮਾਈਆਂ, ਧੁਰ ਧੁਰ ਗਾਹੋਂ ਬਖਸ਼ੀਆਂ ਰੂਹਾਂ ਗੁਰਾਂ ਨੇ ਆਪ ਗਲਾਈਆਂ, ਐਸੇ ਗੁਰਮੁਖ ਪਿਆਰੇ ਆਵਣ ਲੈ ਸ਼ਕਤੀ ਰੋਹਾਨੀ, ਜਲਾਵਤਨੀ ਪਾਈ ਗਜਿੰਦਰ ਸਿੰਘ ਦੀ ਅਮਰ ਰਹੂ ਕੁਰਬਾਨੀ, ਅਣਖੀ ਬਲੀ ਬਹਾਦਰ ਸੂਰੇ ਜਣੇ ਪੰਜਾਬੀ ਮਾਈਆਂ, ਧੁਰ ਧੁਰ ਗਾਹੋਂ ਬਖਸ਼ੀਆਂ ਰੂਹਾਂ ਗੁਰਾਂ ਨੇ ਆਪ ਕਲਾਈਆਂ, ਐਸੇ ਗੁਰਮੁਖ ਪਿਆਰੇ ਆਵਣ ਲੈ ਸ਼ਕਤੀ ਰੋਹਾਨੀ, ਜਲਾਵਤਨੀ ਭਾਈ ਗਜਿੰਦਰ ਸਿੰਘ ਦੀ ਅਮਰ ਰਹੂ ਕੁਰਬਾਨੀ, ਜਲਾਵਤਨੀ ਭਾਈ ਗਜਿੰਦਰ ਸਿੰਘ ਦੀ ਅਮਰ ਰਹੂ ਕੁਰਬਾਨੀ, ਜਥੇਬੰਦੀ ਦਲ ਖਾਲਸਾ ਦੇ ਜੋ ਮੁਖੀ ਪੰਥ ਦੇ ਦਰਦੀ, ਹਸਤੀ ਐਸੇ ਮਰਦਾਂ ਦੀ ਜੋ ਮਰ ਕੇ ਵੀ ਨਾ ਮਰਦੀ ਜੀ, ਹਸਤੀ ਐਸੇ ਮਰਦਾਂ ਦੀ ਜੋ ਮਰ ਕੇ ਵੀ ਨਾ ਮਰਦੀ, ਕਸ਼ਟ ਹੰਡਾਏ ਪੰਥ ਲਈ ਜੋ ਰਹੂਗੀ ਕੈਮ ਨਿਸ਼ਾਨੀ, ਜਲਾਵਤਨੀ ਭਾਈ ਗਜਿੰਦਰ ਸਿੰਘ ਦੀ ਅਮਰ ਰਹੂ ਕੁਰਬਾਨੀ, ਜਲਾਵਤਨੀ ਭਾਈ ਗਜਿੰਦਰ ਸਿੰਘ ਦੀ ਅਮਰ ਰਹੂ ਕੁਰਬਾਨੀ। ਓ ਸਮੇਂ ਸਮੇਂ ਜ਼ਾਲਮ ਸਰਕਾਰਾਂ, ਸਮੇਂ ਸਮੇਂ ਜ਼ਾਲਮ ਸਰਕਾਰਾਂ ਦੇ ਸੰਗ ਮੱਥਾ ਲਾਇਆ, ਤਨ ਦੇ ਉੱਪਰ ਦੁਖੜੇ ਜਰ ਕੇ ਫਿਰ ਵੀ ਸ਼ੁਕਰ ਮਨਾਇਆ ਜੀ, ਤਨ ਦੇ ਉੱਪਰ ਕਸ਼ਟ ਸਹਾਰੇ ਫਿਰ ਵੀ ਸ਼ੁਕਰ ਮਨਾਇਆ, ਆ ਗੁਰੂ ਦੇ ਬਾਣੇ ਅੰਦਰ ਚੱਲੇ ਗੁਰੂ ਦੇ ਬਾਣੇ ਅੰਦਰ ਚੱਲੇ ਨਹੀਂ ਕੀਤੀ ਮਨਮਾਨੀ, ਜਲਾਵਤਨੀ ਪਾਈ ਗਜਿੰਦਰ ਸਿੰਘ ਦੀ ਅਮਰ ਰਹੂ ਕੁਰਬਾਨੀ, ਜਲਾਵਤਨੀ ਪਾਈ ਗਜਿੰਦਰ ਸਿੰਘ ਦੀ ਅਮਰ ਰਹੂ ਕੁਰਬਾਨੀ। ਓ ਸੰਤ ਗਿਆਨੀ ਜਰਨੈਲ ਸਿੰਘ ਦੀ ਗ੍ਰਿਫਤਾਰੀ ਜਦ ਹੋਈ,
ਕਰ ਹਾਈਜੈਕ ਜਹਾਜ਼ ਸੁੱਟ ਲਿਆ, ਦੇਖ ਹਕੂਮਤ ਰੋਈ। ਉਮਰ ਕੈਦ ਦੀ ਸਜ਼ਾ ਹੋ ਗਈ, ਹਾਕਮ ਕਰਦੇ ਹਾਨੀ। ਜਲਾਵਤਨੀ ਭਾਈ ਗਜਿੰਦਰ ਸਿੰਘ ਦੀ ਅਮਰ ਰਹੂ ਕੁਰਬਾਨੀ। ਜਲਾਵਤਨੀ ਭਾਈ ਗਜਿੰਦਰ ਸਿੰਘ ਦੀ ਅਮਰ ਰਹੂ ਕੁਰਬਾਨੀ। ਆਹ ਸਜ਼ਾ ਕੱਟਣ ਦੇ ਬਾਅਦ ਵੀ ਬੈਂਕਾ ਦੇਸ਼ ਨਾ ਵਾਪਸ ਪਰਤਿਆ। ਸਜ਼ਾ ਕੱਟਣ ਦੇ ਬਾਅਦ ਫੇਰ ਵੀ ਬੈਂਕਾ ਦੇਸ਼ ਨਾ ਵਾਪਸ ਪਰਤਿਆ। ਨਾਲ ਦੁੱਖਾਂ ਦੇ ਜੂਝਿਆ ਅੰਤ ਲਾਹੌਰ ਚ ਪਾਣਾ ਵਰਤਿਆ ਜੀ। ਨਾਲ ਦੁੱਖਾਂ ਦੇ ਜੂਝਿਆ ਅੰਤ ਲਾਹੌਰ ਚ ਪਾਣਾ ਵਰਤਿਆ। ਜਲਾਵਤਨੀ ਭਾਈ ਗਜਿੰਦਰ ਸਿੰਘ ਦੀ ਅਮਰ ਰਹੂ ਕੁਰਬਾਨੀ। ਜਲਾਵਤਨੀ ਭਾਈ ਗਜਿੰਦਰ ਸਿੰਘ ਦੀ ਅਮਰ ਰਹੂ ਕੁਰਬਾਨੀ। ਸਨਮਾਨਯੋਗ ਗੁਰੂ ਕਿਸਾ ਜੀ ਨਿਵਾਜੀ, ਗੁਰੂ ਖਾਲਸਾ ਗੁਰੂ ਸੰਗਤ ਜੀਓ, ਹਾਜ਼ਰੀ ਪ੍ਰਵਾਨ ਕਰੋ, ਪਿਆਰ ਸਾਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿਖੇ ਉਹ ਪੰਥ ਵਿੱਚ ਸੇਵਾਵਾਂ ਕਰਨ ਵਾਲੇ ਸੂਰਬੀਰ ਯੋਧੇ, ਜਿਨ੍ਹਾਂ ਨੇ ਧਰਮ ਅਰਥ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ, ਪੰਥ ਦੀ ਚੜ੍ਹਦੀ ਕਲਾ ਲਈ ਕੁਰਬਾਨੀਆਂ ਕੀਤੀਆਂ, ਉਹਨਾਂ ਸੂਰਬੀਰ ਯੋਧਿਆਂ ਨੂੰ ਯਾਦ ਕੀਤਾ ਜਾ ਰਿਹਾ। ਔਰ ਨਾਲ ਹੀ ਉਹ ਜਿਹੜੇ ਪੰਥ ਦਾ ਦਰਦ ਲੈ ਕੇ ਭਾਈ ਗਜਿੰਦਰ ਸਿੰਘ ਜੀ, ਉਹਨਾਂ ਦੇ ਮਨ ਵਿੱਚ ਜੋ ਤੜਫ ਸੀ, ਜੋ ਉਹਨਾਂ ਦੇ ਮਨ ਵਿੱਚ ਗੁਰੂ ਪੰਥ ਦੀ ਚੜ੍ਹਦੀ ਕਲਾ ਪ੍ਰਤੀ ਜਜ਼ਬਾ ਸੀ, ਉਹ ਉਹਨਾਂ ਨੇ ਇੱਕ ਪੰਥ ਦੇ ਦਰਦ ਨੂੰ ਲੈ ਕੇ, ਜੋ ਉਹਨਾਂ ਨੇ ਉਸ ਸਮੇਂ ਵਿੱਚ ਪੰਥ ਪ੍ਰਤੀ ਸੇਵਾ ਕੀਤੀ, ਔਰ ਉਹਨਾਂ ਨੇ ਅਖੀਰਲੇ ਸਵਾਸ ਤੱਕ ਉਹ ਜੋ ਸੰਘਰਸ਼ ਅਤਿ ਸਤਿਕਾਰਯੋਗ ਬਾਬਾ ਜੀ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀ ਨੇ ਜੋ ਆਰੰਭ ਕੀਤਾ ਸੀ ਧਰਮ ਯੁੱਧ ਮੋਰਚਾ, ਉਸ ਮੋਰਚੇ ਦੇ ਵਿੱਚ ਉਹਨਾਂ ਨੇ ਆਪਣੇ ਅਖੀਰਲੇ ਸਵਾਸ ਤੱਕ ਸੇਵਕ ਦੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵੇ ਆਪਣਾ ਚਲਦੇ ਰੱਖੇ ਚੀਜ਼ ਦੇ ਉਹਨਾਂ ਨੇ ਆਪਣੇ ਅਖੀਰਲੇ ਸਵਾਸ ਤੱਕ ਉਹਨਾਂ ਨੇ ਉਹ ਬਚਨ 'ਤੇ ਪਹਿਰਾ ਦਿੱਤਾ। ਅੱਜ ਉਹਨਾਂ ਦੀ ਯਾਦ ਵਿੱਚ ਜਿੱਥੇ ਸਾਰੇ ਪੰਥ ਦਰਦੀ ਗੁਰੂ ਕੇ ਪਿਆਰੇ ਆਪ ਉਸ ਮਹਾਨ ਸੂਰਬੀਰ ਯੋਧੇ ਦੀ ਯਾਦ ਮਨਾ ਰਹੇ ਹੋ, ਇਹ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਕਿਉਂਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਪੰਥ ਵਿੱਚ ਸੇਵਾਵਾਂ ਕੀਤੀਆਂ, ਜਿਨ੍ਹਾਂ ਨੇ
ਆਪਣੇ ਉਸ ਸੰਘਰਸ਼ ਦੇ ਵਿੱਚ ਉਹ ਸਮੇਂ ਨੂੰ ਜੇ ਤੱਕੀਏ ਤੇ ਕੋਈ ਕਮੀ ਨਹੀਂ ਛੱਡੀ। ਸਾਰੇ ਸੰਘਰਸ਼ ਦੇ ਵਿੱਚ ਨੌਜਵਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਸਾਹਿਬ ਜੀ ਜਿਹੜੇ ਨੌਜਵਾਨਾਂ ਦੀ ਜਲਦੀ ਧੜਕਣ ਸਨ, ਉਹ ਸੰਘਰਸ਼ ਦੇ ਵਿੱਚ ਜਿਨ੍ਹਾਂ ਦੇ ਅਜੇ ਚਿਹਰਿਆਂ 'ਤੇ ਦਾੜੇ ਵੀ ਨਹੀਂ ਸਨ ਆਏ, ਉਹਨਾਂ ਨੇ ਵੀ ਆਪਣਾ ਪੈਰ ਪਿੱਛੇ ਨਹੀਂ ਪਰਤਿਆ। ਮੈਂ ਸਮਝਦਾ ਹਾਂ ਕਿ ਜਿਵੇਂ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚੀ ਸੀ ਕਿ ਜਿਹਨੂੰ ਗੁਰੂ ਪੰਥ ਨਾਲ ਗੁਰੂ ਨਾਲ ਪਿਆਰ ਹੈ ਅੱਗੇ ਆਓ, ਇੱਕ ਵੀ ਪਿੱਛੇ ਨਹੀਂ ਸੀ ਗਿਆ। ਜਦੋਂ ਤੋਂ ਧਰਮਯੁੱਧ ਮੋਰਚੇ ਦੀ ਲਕੀਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੇ ਖਿੱਚ ਦਿੱਤੀ, ਕੋਈ ਵੀ ਪਿੱਛੇ ਨਹੀਂ ਪਰਤਿਆ। ਅੱਜ ਤੁਸੀਂ ਸਾਰੇ ਉਸ ਦਰਦ ਨੂੰ ਲੈ ਕੇ ਪੰਥ ਦੀ ਚੜ੍ਹਦੀ ਕਲਾ ਪ੍ਰਤੀ ਜੋ ਤੁਸੀਂ ਇਕੱਤਰ ਹੋ ਕੇ ਪੰਥ ਦੀ ਚੜ੍ਹਦੀ ਕਲਾ ਪ੍ਰਤੀ ਇਹ ਸਮਾਗਮ ਕਰਦੇ ਹੋ, ਸ਼ਹੀਦਾਂ ਸਿੰਘਾਂ ਦੀਆਂ ਯਾਦਾਂ ਮਨਾਉਂਦੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਕਿਉਂਕਿ ਜਿਨ੍ਹਾਂ ਨੇ ਕੋਈ ਗੁਰੂ ਸਾਹਿਬ ਪ੍ਰਤੀ, ਗੁਰੂ ਪੰਥ ਪ੍ਰਤੀ, ਗੁਰੂ ਪੰਥ ਦੀ ਚੜ੍ਹਦੀ ਕਲਾ ਪ੍ਰਤੀ ਜੋ ਵੀ ਸੇਵਾਵਾਂ ਤਨ ਕਰਕੇ ਮਨ ਕਰਕੇ ਧਨ ਕਰਕੇ ਆਪਣਾ ਆਪ ਨਿਸ਼ਾਵਰ ਕਰ ਦਿੱਤਾ, ਵਾਰ ਨੇ ਫੇਰ ਨੇ ਕਰ ਦਿੱਤਾ ਗੁਰੂ ਸਾਹਿਬ ਤੋਂ, ਗੁਰੂ ਕੀ ਸਿੱਖੀ ਤੋਂ, ਗੁਰੂ ਦੇ ਪੰਥ ਦੀ ਚੜ੍ਹਦੀ ਕਲਾ ਤੋਂ, ਗੁਰੂ ਕੇ ਪਿਆਰਿਓ ਉਹਨਾਂ ਨੂੰ ਸਦਾ ਹੀ ਅਰਦਾਸ ਵਿੱਚ ਯਾਦ ਕੀਤਾ ਜਾਂਦਾ ਹੈ। ਸਮੂਹ ਸਿੰਘਾਂ ਸਿੰਘਣੀਆਂ ਭਚਿੰਗੀਆਂ ਦੀ, ਸਮੂਹ ਸ਼ਹੀਦਾਂ ਸਿੰਘਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ, ਉਹ ਸਦਾ ਹੀ ਅਟਲ ਅਤੇ ਅਮਰ ਹਨ। ਸਾਹਿਬ ਕਿਰਪਾ ਕਰਨ ਉਹਨਾਂ ਸ਼ਹੀਦਾਂ ਸਿੰਘਾਂ ਵੱਲੋਂ ਜੋ ਖਿੱਚੀ ਹੋਈ ਲਕੀਰ, ਜੋ ਧਰਮਯੁੱਧ ਮੋਰਚੇ ਦੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਸ 'ਤੇ ਪਹਿਰਾ ਦਿੰਦਿਆਂ, ਕਿੰਨੇ ਗੁਰੂ ਦੇ ਪਿਆਰਿਆਂ ਨੇ ਮਹਾਂਪੁਰਖਾਂ ਦੇ ਅਰਦਲ ਵਿੱਚ ਰਹਿ ਕੇ ਉਸ ਸੰਘਰਸ਼ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਨਾਂ ਸਮੂਹ ਸ਼ਹੀਦਾਂ ਦੇ ਉਹਨਾਂ ਦੀ ਕੁਰਬਾਨੀ ਨੂੰ ਨਮਸਕਾਰ ਹੈ। ਸੋ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੇ ਸੁਪੁੱਤਰੀ ਬੀਬਾ ਸਤਵੰਤ ਕੌਰ ਜੀ, ਜਿਨ੍ਹਾਂ ਨੇ, ਕਿਉਂਕਿ ਦੁੱਖ ਹੈ, ਜਿਹੜਾ ਦੁੱਖ ਹੈ ਕਹਿੰਦੇ ਕਿਸੇ ਦਰਦੀ ਗਾੜੀ ਰੋਈਏ ਤਾਂ ਕੋਈ ਕਦਰ ਪਾਉਂਦਾ, ਬੇਦਰਦੇ ਗਾੜੀ ਰੋਈਏ ਤਾਂ ਕਿਹਾ ਉਹਨੂੰ ਪਤਾ ਹੈ ਦੁੱਖ ਕੀ ਹੈ। ਜਿਨ੍ਹਾਂ ਦੇ ਨਾਲ ਬੀਤੀ ਜਿਸ ਸਮੇਂ ਵਿੱਚ, ਜਿਸ ਸੰਘਰਸ਼ ਵਿੱਚ, ਉਹ ਸਮੇਂ ਵਿੱਚ ਦੀ ਲੰਘੇ, ਉਹਨਾਂ ਪਰਿਵਾਰਾਂ ਨੂੰ ਪਤਾ, ਜਾਂ ਉਹਨਾਂ ਦੇ ਨਾਲ ਜਿਹੜੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਦਰਦ ਰੱਖਣ ਵਾਲੇ ਆ ਉਹਨਾਂ ਨੂੰ ਪਤਾ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ,
ਜੋ ਕਿ ਅੱਜ ਤੁਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਸਨਮਾਨ ਕਰਨ ਵਾਸਤੇ ਇੱਕ ਤੁਹਾਡਾ ਬਹੁਤ ਚੰਗਾ ਉਪਰਾਲਾ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਜਿਵੇਂ ਸਾਰੇ ਆਪ ਜੁੜ ਮਿਲ ਕੇ ਗੁਰਪੁਰਬ ਮਹਾਰਾਜ ਦੇ ਮਨਾਉਂਦੇ ਹੋ, ਸ਼ਹੀਦਾਂ ਸਿੰਘਾਂ ਦੀਆਂ ਯਾਦਾਂ ਮਨਾਉਂਦੇ ਹੋ, ਗੁਰਮਤਿ ਦੇ ਸਿਧਾਂਤ 'ਤੇ ਪਹਿਰਾ ਦੇਣ ਵਾਸਤੇ ਇਹ ਮਹਾਨ ਉਪਰਾਲੇ ਕਰਦੇ ਹੋ, ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਉਹ ਐਸੇ ਗੁਰਮਤਿ ਸਮਾਗਮ 'ਤੇ ਪੰਥ ਦੀ ਚੜ੍ਹਦੀ ਕਲਾ ਪ੍ਰਤੀ ਕਾਰਜ ਕਰਦੇ ਰਹੋ, ਇਹ ਅਰਦਾਸ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਬੱਬ ਬਣਿਆ ਕੋਈ ਵਿਆਹ ਕਾਰਜ ਸੀ ਇਸ ਸਿੰਘਾਂ ਦੇ, ਉਹ ਵਿਆਹ ਕਾਰਜ ਦੇ ਸਬੱਬ ਨਾਲ ਕੋਈ ਇਹ ਮਿਲਣ ਜੁਲਣ ਦਾ ਸਬੱਬ ਬਣ ਗਿਆ। ਸੋ ਸਾਰੀਆਂ ਸੰਗਤਾਂ ਦਾ ਦਰਸ਼ਨ ਦਿਦਾਰਾ ਹੋਇਆ ਹੈ, ਹਾਜ਼ਰੀ ਪ੍ਰਵਾਨ ਕਰਨੀ, ਫੁੱਲਾਂ ਚੁੱਗਾਂ ਦੀ ਚਮਾਂ ਬਖਸ਼ਣੀ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਾਬਾ ਅਵਤਾਰ ਸਿੰਘ ਜੀ, ਸਤਿਗੁਰੂ ਦੀ ਬੜੀ ਕਿਰਪਾ ਸੀਨਾ ਪਸੀਨਾ ਪੀੜ੍ਹੀ ਦਰ ਪੀੜ੍ਹੀ ਉਹਨਾਂ 'ਤੇ ਚੱਲ ਰਹੀ ਆ। ਦੋ ਵੱਡੀਆਂ ਰੂਹਾਂ ਜਿਹੜੀਆਂ ਸੀਨਾ ਪਸੀਨਾ ਵਰਸਾਈਆਂ ਹੋਈਆਂ। ਜਦੋਂ ਬਾਬਾ ਜੀ ਦੀ ਗੱਲ ਕਰਦੇ ਹਾਂ ਤਾਂ ਪਿੱਛੇ 14-15 ਪੀੜ੍ਹੀਆਂ ਤੱਕ ਆਪਾਂ ਪਿੱਛੇ ਦੇਖ ਸਕਦੇ ਹਾਂ।